ਤਾਂ ਲਾਲ ਹੋਇਆ ਪਿਆ ਕਿਉਂਕਿ ਆਪਾਂ ਲੱਗ ਕੇ ਰੋਟੀ ਬਣਾ ਹਜੇ ਆਪਾਂ ਸਬਜ਼ੀ ਵੀ ਨਹੀਂ ਸਬਜ਼ੀ ਬਾਅਦ 'ਚ ਬਣਾਉਣੀ ਹੈ ਕਿਉਂਕਿ ਅਮਨ ਵੀ ਆਉਣਗੇ ਲੈ ਕੇ ਸਬਜ਼ੀ ਫਿਰ ਬਣਾਉਣੀ ਫੁਲ ਕੇ ਲਾ ਕੇ ਰੱਖ ਲੈਣਾ ਆਟਾ ਕਰ ਦਿਓ ਲੈ ਸਬਜ਼ੀ ਉਹ ਲੈ ਕੇ ਆਉਣੀ ਫਿਰ ਬਣਾਉਣੀ ਕਿਉਂ ਸਬਜ਼ੀ ਕੱਚੀ ਲੈ ਕੇ ਆਉਣਗੇ ਬਣੀ ਬਣਾਈ ਥੋੜ੍ਹੀ ਲੈ ਕੇ ਆਉਣਗੇ ਆਟਾ ਪਤਾ ਨਹੀਂ ਸਮਝ ਨਹੀਂ ਆਉਂਦੀ ਨਾ ਸਾਨੂੰ ਤਾਂ ਗੁੰਨਣਾ ਵੀ 2 ਮਿੰਟ ਲੱਗ ਜਾਂਦਾ ਨਹੀਂ ਤਾਂ ਨਹੀਂ ਆਪ ਹੀ ਸਾਬ ਲਾ ਲੋ ਤੈਨੂੰ ਮੰਮੀ ਜ਼ਿਆਦਾ ਬੋਲਦੀ ਹੈ ਚਾਰ ਛੁੱਟੀਆਂ ਰਹਿਣੀਆਂ ਦੁੱਖ ਵੀ ਲੱਗਦਾ ਸਕੂਲ ਜਾਣਾ ਪਰ ਖੁਸ਼ੀ ਵੀ ਮਿਲਣਾ ਕਿ ਮੈਂ ਸਕੂਲ ਜਾ ਪਹਿਲੇ ਦਿਨ ਥੋੜ੍ਹਾ ਜਿਹਾ ਮੁਸ਼ਕਲ ਲੱਗਣਾ ਆ ਰੋਟੀ ਪਲਟ ਤੋਂ ਸੜ ਜੂ ਉਥੋਂ ਦੂਸਰੀ ਪੈੜੀ ਚੋਂ ਉਹ ਜੀਰੀਆਂ ਚੱਕ ਚੱਕ ਕੇ ਚਾਚੂ ਨੂੰ ਫੜਾਈਆਂ ਪਨੀਰੀ ਚੱਕ ਚੱਕ ਕੇ ਚਾਚੂ ਨੂੰ ਫੜਾਈਆਂ ਮੈਂ ਧੋਲਿਆ ਸੀ ਸਿਰ ਸ਼ੈਂਪੂ ਤਾਂ ਹੈ ਨਹੀਂ ਉਹ ਵਾਲੇ ਤੁਹਾਡੇ ਡਵ ਕੰਡੀਸ਼ਨਰ ਨਾਲ ਧੋਲਿਆ ਸੀ ਵਾਲ ਖਲ ਰਹੇ ਪਏ ਮਾਸੀ ਦੇ ਉਹ ਆ ਕੀ ਲੈ ਕੇ ਆਏ ਨੇ ਫੋਟੋਸ ਪਾਣੀ ਪੈ ਗਿਆ ਉਹ ਦੇਖ ਟਮਾਟਰ ਕੱਢੋ ਉੱਥੋਂ ਫ੍ਰਿਜ ਚੋਂ ਉੱਪਰ ਚੋਂ ਜਿਹੜੇ ਲੈ ਕੇ ਆਏ ਹੋ ਲੈ ਕੇ ਆਇਓ ਤੁਸੀਂ ਮਸਾਲਾ ਗ੍ਰਾਇੰਡ ਕਰ ਟਮਾਟਰ ਲੈ ਕੇ ਆਇਓ ਤਿੰਨ ਮਸਾਲਾ ਤੇ ਭੁੰਨ ਕੇ ਰੱਖਦੀਆਂ ਲੈ ਮਸਾਲਾ ਟਮਾਟਰ ਨਹੀਂ ਛੁੱਟੀਆਂ ਅੱਧਾ ਤਾਂ ਭੁੰਨਦੀਆਂ ਨੇ ਬਣਾ ਵਿੱਚ ਇਕੱਠਾ ਹੀ ਸਾਰਾ ਕੁਛ ਗ੍ਰਾਇੰਡ ਕਰ ਆਹ ਬੜਾ ਤੇਜ਼ ਚੱਲਦਾ ਤੇਰਾ ਫਿਰ ਇੱਥੇ ਤਾਂ ਆਪਣਾ ਪਨੀਰ ਦਰਾ ਜਾ ਨਹੀਂ ਉੱਥੇ ਮੈਨੂੰ ਪੂਰੀ ਬਣਾ ਕੇ ਲੱਗ ਜਾਂਦੀ ਰੁਕ ਗਈਆਂ ਨੇ ਤੁਹਾਨੂੰ ਬੈਠੀ ਜਾਊਗਾ ਜਿਹੜੀ ਕੱਢੇ ਨੇ ਪਾਪਾ
ਉਹਦੇ ਕਿੱਥੇ ਸਕੂਟਰੀ ਲਾ ਰਿਹਾ ਗੱਡੀ ਦੇ ਨਾਲ ਗੱਡੀ ਲਾਵਾਂਗੇ ਸ਼ੈਡ ਹੋਰ ਚਲਾ ਦੋ ਹੋਰ ਵੀ ਤਾਂ ਖਾਲੀ ਪਿਆ ਗਗਨ ਦੇ ਕੰਮ ਦੇ ਲੋ। ਗਗਨ ਕਹਿੰਦੀ ਮੈਂ ਨਾ ਕੱਪੜੇ ਸੁੱਕਣੇ ਪਾ ਕੇ ਭਾਵੇਂ ਉੱਡ ਜਾਣ ਪਰ ਮੈਂ ਆਪਣੀ ਗਲਤੀ ਨਹੀਂ ਮੰਨਣੀ ਹੈਗੀ। ਹੈਂ ਮੈਨੂੰ ਕਹਿ ਰਹੀ ਕੱਪੜੇ ਨਹੀਂ ਸੁੱਕਣੇ ਪਾਉਣੇ ਕਿ ਰਾਤ ਦਾ ਟਾਈਮ ਹੋ ਗਿਆ, ਰਾਤ ਨੂੰ ਹਨੇਰੀ ਨੂਰੀ ਆ ਸਕਦੀ, ਪਰ ਗਗਨ ਕਹਿੰਦੀ ਆਪਾਂ ਰਿਸਕ ਲੈਣਾ ਹੀ ਲੈਣਾ ਲੈਣਾ ਹੀ ਲੈਣਾ। ਪਾ ਦੀਏ ਸੁੱਕਣੇ ਫਿਰ ਅਮਨ ਇਸ ਟਾਈਮ ਦੇਖ ਲਓ ਸਟਾਰਬਕਸ ਪੀਂਦੀ ਜੇ ਰਾਤ ਨੂੰ ਮਰ ਜਾਓ ਕਦੋਂ ਦਾ। ਅਮਨ ਗੰਦਾ ਕੱਪ ਹੈ, ਬੂਥੇ ਨੂੰ ਲਾ ਲਿਆ ਚੁੱਕ ਕੇ ਜਾ ਨਹੀਂ ਹੈਗੀ ਕਾਫੀ, ਤੂੰ ਤੈਨੂੰ ਪਿਲਾ ਦਾ। ਹੂੰ ਹੂੰ ਨਾਮ ਖੁੱਲ ਗਿਆ। ਅੱਛਾ ਤੂੰ ਆਪਣੇ ਰੋਟੀ ਖਾਣਾ ਹੈ ਅਮਨ, ਤੂੰ ਰਾਤ ਨੂੰ ਖਾਏ ਆ ਪਿੱਛੇ ਮੂਤੀ ਕੜੀ ਤੈਗੀ ਆ ਲਿੰਬਾ ਫਲੋਰ ਕੇ ਖਲੋਤੀ ਜੀ ਮੈਂ ਇਦਾਂ ਹੀ ਕਰਾਉਣੀ ਫੋਟੋ ਕਰਾਉਣੀ ਕਰ ਲ ਪਵਾ ਨਹੀਂ ਅੱਜ ਕਾਫੀ ਹੈ ਨਹੀਂ ਤੇ ਉਹੀ ਗੱਲਾਂ ਹੀ ਮਾਰੀ ਜਾਨੀ ਬਸ ਫੋਕੀਆਂ। ਡੂ ਨਾਟ ਮਾਈਕ੍ਰੋਵੇਵ, ਮਾਈਕ੍ਰੋਵੇਵ ਚ ਰੱਖਣਾ ਕਹਿੰਦੇ ਸੀ, ਰੱਖ ਦੋ ਕੋਈ ਗੱਲ ਨਹੀਂ, ਉਹਨਾਂ ਲਿਖਿਆ ਤੁਸੀਂ ਰੱਖੋ ਸ਼ੇਅਰ ਕੀਤਾ ਤੁਹਾਡੇ ਨਾਲ ਕਿ ਮੈਂ ਕਦੇ ਪੀਤੀ ਨੀ, ਤੁਸੀਂ ਮਾਇੰਡ ਨਾ ਕਰਿਓ। ਮੈਂ ਕਿਹਾ ਅਸੀਂ ਮਾਇੰਡ ਕਿਉਂ ਕਰਨਾ, ਬਾਕੀ ਤੁਹਾਨੂੰ ਪਤਾ ਜੀ ਆਪਣੇ ਪੰਜਾਬ ਚ ਬਹੁਤ ਹੀ ਫੇਮਸ ਹੈ ਚਾਹ, ਹਨਾ ਚਾਹ ਤਾਂ ਬਣਾ, ਬਿਮਾਰ ਹੋਵੇ ਤਾਂ ਵੀ ਕਹਿਣਗੇ ਚਾਹ ਪੀ ਲਓ, ਚਾਹ ਨਾਲ ਰਸ ਖਾ ਲਓ, ਚਾਹ ਨਾਲ ਬ੍ਰੈਡ ਖਾ ਲਓ, ਫਿਰ ਗੋਲੀ ਦਿੰਦੇ ਆ। ਠੀਕ ਹੈ, ਤੇ ਜੇ ਕਿਹਨਾਂ ਲਈਦਾ ਕੋਈ ਤਾਂ ਕਿ ਕੋਈ ਵੀ ਲੇਡੀਜ਼ ਦੇ ਬੱਚਾ ਵੀ ਹੋਇਆ ਤੇ ਉਹਨੂੰ ਕਹਿਣਗੇ ਪਹਿਲਾਂ ਇਹਨੂੰ ਚਾਹ ਦਾ ਘੁੱਟ ਦਿਓ ਤੇ ਫਿਰ ਇਹਨੂੰ ਕੋਈ ਦਵਾਈ ਦਿਓ ਵਿਚਾਰੀ ਨੂੰ, ਹਨਾ ਸਹੀ ਗੱਲ ਹੈ। ਤੇ ਹਰੇਕ ਕੰਮ ਦੇ ਵਿੱਚ ਪਹਿਲਾਂ ਚਾਹ ਜ਼ਰੂਰੀ ਹੈ ਕਹਿੰਦੇ, ਬਾਕੀ ਕੰਮ ਬਾਅਦ 'ਚ, ਤੇ ਜੋ ਕਹਿੰਦੇ ਮਾਂ ਬਾਪ ਨੇ ਕਰਨਾ ਉਹ ਹੀ ਬੱਚਿਆਂ ਨੇ ਕਰਨਾ। ਹੁਣ ਜੇ ਅਸੀਂ ਚਾਹ ਪੀਣਾ ਸਾਡੇ ਬੱਚੇ ਲਾ ਕੇ ਦੇਖਦੇ ਕਿ ਚਾਹ ਪੀਣ ਤੋਂ ਉਹ ਕਹਿਣਗੇ ਪਹਿਲਾਂ ਸਾਨੂੰ ਜਦੋਂ ਪਤਾ ਤੇ ਪਨੀ ਦੁੱਧ ਪੀਂਦੇ ਨਾ, ਜਦੋਂ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਚਾਹ ਪੀਂਦੇ ਰੰਗ ਦਾ ਫਰਕ ਹੈ, ਤੋ ਕਹਿੰਦੇ ਆਪਣਾ ਗਲਾਸ ਦਿਖਾ ਉਹਦੇ ਵਿੱਚ ਕੀ ਹੈ, ਤੁਹਾਡਾ ਤਾਂ ਮੰਮਾ ਬਰਾਊਨ ਬਰਾਊਨ ਹੈ, ਸਾਡਾ ਵਾਈਟ ਵਾਈਟ ਹੈ ਵੀ ਅਸੀਂ ਚਾਹ ਅਸੀਂ ਉਹ ਵਾਈਟ ਨਹੀਂ ਪੀਣਾ, ਅਸੀਂ ਬਰਾਊਨ ਪੀਣਾ। ਬਸ ਉਹੀ ਚੱਕਰ ਪੈ ਗਿਆ ਨਾ, ਅੱਗ ਮੈਂ ਚੁੱਕ ਲੈ ਸਾਈਕਲ ਚਲਾ ਲੂ ਬੇਟਾ ਹੀ ਨਹੀਂ, ਗਗਨ ਨੇ ਚਲਾਇਆ, ਗਗਨ ਸਾਈਕਲ ਤੂੰ ਚਲਾਇਆ ਗਗੜਾ ਗਿੱਲੀ ਚੁੰਨੀ ਲੈ ਕੇ ਦੇ, ਬੜੀ ਠੰਡੀ ਠੰਡੀ ਹਵਾ ਗਈ। ਮੈਂ ਵੀ ਕਦੀ ਆ ਸਟਾਰਬਕਸ ਵਾਲੇ ਕੱਪ ਦੇ ਆਪਣਾ ਨਾਲ ਖਾ ਕੇ ਕੋਈ ਪੀਣੀ ਨਹੀਂ, ਉਹ ਤਾਂ ਬੜਾ ਕਦੇ ਪੀਤੀ ਨਹੀਂ ਤੇ ਸਾਰਿਆਂ ਨੇ ਪੀੜੀ, ਤੂੰ ਹੀ ਰਹਿ ਗਈ। ਮੈਂ ਸੱਚੀ ਨਹੀਂ ਪੀਤੀ ਮਾਸੀ, ਤੁਸੀਂ ਕਦੇ ਪੀਤੀ ਨਹੀਂ, ਕਦੀ ਸਟਾਰਬਕਸ ਦੀ ਜਾਂ ਟਿਮ ਹੋਟਲ ਦੀ ਕਾਫੀ ਨਹੀਂ ਪੀਤੀ। ਲੈ ਗਗਨ ਨੂੰ ਪਿਆ ਕੇ ਲਿਆਵਾਂਗੇ ਹੁਣ। ਹਾਂ ਮੰਮਾ ਪਿਆ ਕੇ ਲਿਆਵਾਂਗੇ, ਪਿਆ ਲੈਣ ਜਦੋਂ ਤੱਕ ਬਲਿੰਦਰ ਨਹੀਂ ਹੁੰਦਾ ਉਦੋਂ ਤੱਕ ਸਮਝ ਆਈ ਹੋਈ ਸਾਰੀਆਂ ਚੀਜ਼ਾਂ, ਮਰੋ ਕਿਤੇ ਗੱਲਾਂ ਸੁਣ ਲਓ ਇਹਦੀਆਂ। ਹੈ ਬਲਿੰਦਰ ਆਉਣਗੇ ਫਿਰ ਜਾਣਗੇ, ਮੇਰੀ ਤਾਂ ਨਾ ਸਵੇਰ ਦੀ ਡਿਊਟੀ ਲੱਗੀ ਕੱਪੜੇ ਧੋਣ ਦੀ। ਮਸੀ ਕੋਡ ਸੈਟ ਮੈਨੂੰ ਦੇ ਦਿਓ ਚੰਗਾ, ਮੈਨੂੰ ਤਾਂ ਲੰਗਰ ਤੋਂ ਨਹੀਂ ਛੁੱਟੀ ਮਿਲੀ ਜਦੋਂ ਦੀ ਮੇਰੀ ਛੁੱਟੀਆਂ ਹੋਈਆਂ, 4 ਦਿਨ ਰਹਿ ਗਏ, 4 ਦਿਨ ਆ ਦੀ ਜ਼ਿੰਦਗੀ। ਮੈਂ ਜਦੋਂ ਦੀ ਆਈ ਉਦੋਂ ਤੇ ਦੇ ਕੰਮ ਦੇ ਸਫਾਈਆਂ ਲੈ ਸਫਾਈਆਂ ਦੇ ਸਫਾਈਆਂ, ਆ ਕੀ ਨਹੀਂ ਸਲਵਾਰ ਹੈ ਕਿ ਉੱਤਰ ਪਲਾਜੋ ਇਹ ਦੱਸ ਕੀ ਸਲਵਾਰ ਹੈ, ਪਤਾ ਜੀ ਦੀ ਕਿ ਗਿੱਠੀ ਦੀ ਆਪ ਉਦੋਂ ਬਣਾ ਲਿਆ ਰਾਤ ਨੂੰ ਭਾਵੇਂ ਨੇਰੀ ਨਾਲ ਉੱਡ ਜਾਣ, ਹੈ ਰਾਤ ਨੂੰ ਭਾਵੇਂ ਨੇਰੀ ਉੱਡ ਜਾਣ, ਕੋਈ ਨਵੇਂ ਲੈ ਆਵਾਂਗੇ, ਬਹੁਤ ਅਮੀਰ ਆ ਹੀ ਕਿੱਡੀ ਗੱਲ ਹੈ।
ਚੂਹੇ ਦੀਆਂ ਨਿੱਕਰਾਂ ਤੇ ਦੇ ਕਿੰਨੀਆਂ ਨੇ ਫਿਰ ਸਾਰੀਆਂ ਨਿੱਕਰਾਂ ਚ ਪੂਰੀਆਂ ਗੰਦੀਆਂ ਕੀਤੀਆਂ ਪਈਆਂ ਮੇਰੀ ਮੋਹ ਲੱਭੀ ਨੀ ਪਾਈ ਉਹ ਤਾਂ ਆ ਮੈਂ ਪੁਰਾਣੀ ਪਾਈ ਹੋਈ ਦੂਜੀ ਇਹੀ ਇਹ ਤਾਂ ਦੂਰ ਖੜੀ ਪੁਰਾਣੀ ਪਾਈ ਦੂਜੀ ਮੈਂ ਬਸ ਗਗਨ ਵਾਸੀ ਕਰਕੇ ਰਹਿ ਰਹੀ ਹਾਂ ਹੋਰ ਬਚਪਨ ਸਹੀ ਹੈ ਹੈ ਮਾਮਾ ਜਦੋਂ ਮੈਂ ਛੋਟੀ ਹੁੰਦੀ ਮੇਰੇ ਬਲਵਿੰਦਰ ਚਾਚੂ ਤੇ ਮਾਸੀ ਨਾਲ ਪਿਆਰ ਰਿਹਾ ਸੀ ਜ਼ਿਆਦਾ ਨਾ ਉਦੋਂ ਮਾਸੀ ਮੈਨੂੰ ਨਾ ਮਾਸੀ ਅਸੀਂ ਖੰਨੇ ਬੈਠੇ ਉਹ ਜਦ ਮੰਦਰ ਜਿਹਾ ਨਹੀਂ ਹੁੰਦਾ ਸੀਗਾ ਇੱਥੋਂ ਤੱਕ ਵੀ ਸਲਾਹ ਕਰ ਲਈ ਵੀ ਬਲਿੰਦਰ ਇੱਥੇ ਨੂੰ ਦਮਨ ਨੂੰ ਅਡਾਪਟ ਕਰ ਲਾਂਗੇ ਜੀਪੀਐਸ ਚ ਨਾ ਸੱਚੀ ਸੌਂ ਲੱਗੇ ਜੀਪੀਐਸ ਸਕੂਲ ਚ ਮੈਂ ਕਿਹਾ ਇਹਨੂੰ ਪਾ ਦਾਂਗੇ ਦਮਨ ਨੂੰ ਪਰ ਉਦੋਂ ਮੈਂ ਪੜ੍ਹਦੀ ਹਾਂ ਫਾਈਨੈਂਸ਼ੀਅਲ ਕੰਡੀਸ਼ਨ ਸਾਡੀ ਗਲਤ ਸਹੀ ਨਹੀਂ ਸੀ ਹੈਗੀ ਉਸ ਟਾਈਮ ਫਾਈਨੈਂਸ਼ੀਅਲ ਕੰਡੀਸ਼ਨ ਸਾਡੀ ਉਹ ਸੀਗੀ ਹੁਣ ਕਈ ਕਹਿਣਗੇ ਪੜ੍ਹੀ ਲਿਖੀ ਇਹਨੂੰ ਪਤਾ ਨਹੀਂ ਬੋਲਣਾ ਨਹੀਂ ਆਉਂਦਾ ਇਹਨੂੰ ਫਾਈਨੈਂਸ਼ੀਅਲ ਨਹੀਂ ਮੈਂ ਜਾਣ ਕੇ ਬੋਲਦੀ ਫਾਈਨੈਂਸ਼ੀਅਲ ਉਦੋਂ ਸੁੱਕਾ ਕੋਈ ਨਹੀਂ ਹੈਗਾ ਕੱਪੜਾ ਯਾਰ ਮੈਂ ਮੰਦਰ ਦੀ ਪੌੜੀਆਂ ਤੇ ਬੈਠੀ ਹੁੰਦੀ ਤੇ ਮਾਸੀ ਨਾ ਮੇਰੇ ਲਈ ਨਵੀਂ ਚੱਪਲਾਂ ਜੀ ਲੈ ਕੇ ਆਈ ਤੇ ਮਾਸੀ ਮੈਨੂੰ ਪਾ ਰਹੀ ਸੀ ਉੱਥੇ ਬਾਹਰ ਬੈਠ ਕੇ ਤੇ ਮਾਸੀ ਮੈਨੂੰ ਪਾਦੀ ਪਾਦੀ ਕਹੀ ਦਮੂ ਤੈਨੂੰ ਅਸੀਂ ਰੱਖ ਲਈਏ ਤੇ ਰੱਖ ਲਓ ਮੈਂ ਚੱਪਲਾਂ ਦੇ ਲਾਜ ਕੇ ਤਾਂ ਰੱਖ ਲਓ ਤੇ ਮੈਂ ਆਦੇ ਬਲਿੰਦਰ ਗਏ ਤੇ ਉੱਥੋਂ ਕੋਈ ਚੀਜ਼ ਦੇਖਣੀ ਆ ਦਮੂ ਵਾਸਤੇ ਲੈ ਕੇ ਜਾਂਦੇ ਆ ਦਮੂ ਵਾਸਤੇ ਲੈ ਕੇ ਜਾਂਦੇ ਆ ਬੜਾ ਕੁਝ ਮਿਲਿਆ ਸੀ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਮਾਸੀ ਦੇ ਚਾਚੂ ਤੋਂ ਮਿਲਿਆ ਇੰਨਾ ਮੈਨੂੰ ਮੰਮੀ ਨੇ ਨਹੀਂ ਦਿੱਤਾ ਨਹੀਂ ਇਹ ਗੱਲ ਤਾਂ ਸਹੀ ਹੈ ਮਾਂ ਮੈਨੂੰ ਪਿਆਰ ਹੀ ਨਹੀਂ ਕਰਦੀ ਦੱਸ ਨਹੀਂ ਫਿਰ ਇਹ ਗੱਲ ਤਾਂ ਹੈਗੀ ਹੈ ਹੁਣ ਮੈਂ ਜਿੰਨਾ ਦਮੂ ਨੂੰ ਪਿਆਰ ਕਰਦੀ ਹਾਂ ਕਿਸੇ ਨੂੰ ਨਹੀਂ ਕਰਦੀ ਛਿੱਤਰ ਵੀ ਓਨੀ ਪੈਂਦੇ ਨੇ ਛਿੱਤਰ ਪੁੱਤ ਕੋਈ ਲੜਾਈ ਤੇ ਜਿੱਥੇ ਦੋ ਭਾਂਡੇ ਕਹਿੰਦੇ ਹੁਣ ਖੜਕਦੇ ਤਾਂ ਹੈਗੇ ਨੇ ਜਿੱਥੇ ਪਿਆਰ ਹੋਏ ਲੜਾਈ ਵੀ ਜ਼ਰੂਰੀ ਹੈ ਜੇ ਲੜਾਈ ਨਾ ਹੋਏ ਫਿਰ ਪਿਆਰ ਨਹੀਂ ਕਰਦਾ ਹੋਇਆ ਕੀ ਹੋਇਆ ਪਿੱਛੇ ਨੂੰ ਹੁੰਦੀ ਗੱਡੀ ਉਹਨੇ ਲੜਾਈ ਇੱਕ ਦਿਨ ਇੱਦਾਂ ਮੈਂ ਗੱਡੀ 'ਚ ਬੈਠੀ ਤੇ ਮੈਨੂੰ ਤਾਂ ਚੱਕਰ ਆਉਂਦੇ ਸੀ ਅਤੇ ਗੱਡੀ ਦੋਨੇ ਵਾਰੀ ਹਿੱਲੀ ਪਈ ਸੀ ਉਹਨੂੰ ਬ੍ਰਿਜ ਆ ਪਹਿਲਾਂ ਤਾਂ ਮੈਂ ਬੈਠੀ ਪਲੈਨਿੰਗ ਕਰੀ ਗਈ ਵੀ ਜੇ ਰੜਦੀ ਹੋ ਸਕਦਾ ਭਾਅ ਜੀ ਦੀ ਹੈਂਡ ਬ੍ਰੇਕ ਨਾਲ ਲਾਈ ਹੋਈ ਮੈਂ ਹੈਂਡ ਬ੍ਰੇਕ ਚੱਕ ਦਾਂਗੀ ਫਿਰ ਜਦੋਂ ਭਾਅ ਜੀ ਮੈਂ ਵੇਖਿਆ ਨਾ ਤੀਜੀ ਵਾਰੀ ਵੀ ਫਿਰ ਮੈਂ ਕਿਹਾ ਵੀ ਮੇਰੇ ਤਾਂ ਬੱਸ 'ਚੋਂ ਗੱਲ ਬਾਹਰ ਮੈਂ ਤਾਂ ਫਟਾਫਟ ਉਤਰੀ ਗੱਡੀ 'ਚੋਂ ਮੈਂ ਤਾਂ ਬਾਹਰ ਨਿਕਲ ਕੇ ਖੜ ਗਈ ਗੱਡੀ 'ਚੋਂ ਮੈਨੂੰ ਐਂ ਲੱਗਿਆ ਵੀ ਗੱਡੀ ਤਿੰਨ ਵਾਰੀ ਰਿੜ ਗਈ ਨਹੀਂ ਨਹੀਂ ਉਹ ਕਈ ਵਾਰ ਹੈਂਡ ਬ੍ਰੇਕ ਨਾਲ ਲੱਗੀ ਹੁੰਦੀ ਤਾਂ ਅੱਗੇ ਪਿੱਛੇ ਹੋ ਜਾਂਦੀ ਹੋਰ ਕੁਛ ਅਰੇ ਹੁਣ ਵੀ ਹੋ ਰਹੀ ਹੈ ਆ ਦੇਖੋ ਮਾਸੀ ਨੇ ਕਿੱਥੇ ਰੱਖ ਲਿਆ ਹਾਈ ਗਈ ਨਹੀਂ ਨਹੀਂ ਇੰਨੀ ਪਿੱਛੇ ਇਹਦੀ ਹੈਂਡ ਬ੍ਰੇਕ ਉਹ ਅੰਦਰ ਲੱਗੀ ਹੋਈ ਹੈ ਛੋਟੀ ਜੀ ਨਹੀਂ ਲੱਗੀ ਹੈ ਲੱਗੀ ਆ ਹੱਥ ਸੀਟ ਜੀ ਚੱਕੋਗੇ ਨਾ ਅਰੇ ਲੱਗੀ ਹੋਈ ਹੈ ਮਤਲਬ ਕਿ ਨਹੀਂ ਹਾਂ ਲੱਗੀ ਹੋਈ ਹੈ ਨਹੀਂ ਕਰੀ ਵਿੱਚ ਲੱਗੀ ਹੈ ਹਾਂ ਲੱਗੀ ਹੋਈ ਹੈ ਲੱਗੀ ਹੋਈ ਹੈ ਲੱਗੀ ਹੋਈ ਦੋ ਗੱਲਾਂ ਬਣ ਚੱਲਦੀ ਚੱਲੀ ਅੰਦਰ ਚਲੋ ਹੁਣ ਹੋਰ ਕੰਮ ਕਰਨੇ ਹਜੇ ਬਹੁਤ ਕੰਮ ਪਏ ਸਾਡੇ ਕਰਨ ਵਾਲੇ ਇੰਨੇ ਕੰਮ ਪਏ ਸਵੇਰੇ ਮੈਂ ਦੋ ਦਿਨ ਹੋ ਗਏ ਰੋਜ਼ ਸੰਗਰੂਰ ਜਾਂਦੀ ਹਾਂ ਪਰ ਕੈਂਸਲ ਹੋ ਜਾਂਦਾ ਦੀਦੀ ਕਿੰਨਾ ਕਿੰਨਾ ਮੀਂਹ ਪਿਆ ਹੈ ਬੱਲੇ ਆ ਕਿਤੇ ਮੀਂਹ ਪਿਆ ਹੈ ਕਹਿੰਦੇ ਮੀਂਹ ਪੈਣ ਦੀ ਖੁਸ਼ੀ ਤਾਂ ਹੀ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਦੇਖੋ ਪਹਿਲਾਂ ਟੈਂਪਰੇਚਰ ਕਿੰਨਾ ਹੈ ਅੱਜ ਸਾਰਾ ਦਿਨ ਆਪਾਂ ਏਸੀ ਥੱਲੇ ਬੈਠੇ ਆ ਏਸੀ ਤੋਂ ਅੱਜ ਤੋਂ ਵੀਣਾ ਸੌਰੀ ਏਸੀ ਤੋਂ ਵੀਣਾ ਦੇਖੋ ਕਿਥੇ 45 46 47 ਵੀ ਹੁੰਦਾ ਹਨਾ ਪਰ ਹੁਣ ਜੁਲਾਈ ਚ ਜਿਹੜੀ ਹਿਊਮਿਡਿਟੀ ਵੱਧ ਜਾਣੀ ਨਾ ਉਹਦੇ ਨਾਲ ਜ਼ਿਆਦਾ ਹੋਣਾ ਕੰਮ ਉਹਦੇ ਨਾਲ ਕੰਮ ਕਰ ਰਾਤੀ ਤੇ ਕਿਤੇ ਨਹੀਂ ਮੀਂਹ ਦੱਸਿਆ ਬੱਦਲ ਹੀ ਨੇ ਤੇ ਬੱਦਲ ਜੇ ਨੇਰੀ ਆਈ ਤੇ ਕੱਪੜੇ ਉੱਡ ਜਾਣੇ ਸਾਡੇ ਕੱਲ 12 ਵਜੇ ਮੀਂਹ ਦੱਸਿਆ ਉਹ ਵੀ 30% ਕਿਹੜਾ ਹੋਣਾ 30% ਹੋ ਹੀ ਨਹੀਂ ਹੁੰਦਾ ਮੇਰਾ ਫੈਸ਼ਨ ਦੇ ਮੈਂ ਬਹੁਤ ਸਲਿਮ ਹੋ ਗਈ ਬਹੁਤ ਜ਼ਿਆਦਾ ਹਨਾ ਸਲਿਮ ਹੋ ਗਈ ਸ਼ਾਹਰੁਖ ਖਾਨ ਵਾਂਗੂ
ਨਹੀਂ ਉਹ ਕਿਵੇਂ ਕਰਦਾ ਹੁੰਦਾ ਕੀ ਯਾਰ ਤੁਸੀਂ ਸਟਾਈਲ ਹੀ ਵਿਗਾੜਤਾ ਵਿਚਾਰੇ ਦਾ ਮੈਂ ਕੀ ਵੇਖਣਾ ਲੈ ਦੱਸ ਹੱਦ ਹੋ ਗਈ ਜੇ ਐਂ ਕਹਿ ਰਹੀ ਕਿ ਮੈਨੂੰ ਸਬਜ਼ੀ ਨਹੀਂ ਸਬਜ਼ੀ ਦੇ ਹਾਏ ਮੈਂ ਸਬਜ਼ੀ ਬਣਾਉਣੀ ਨਹੀਂ ਆਉਂਦੀ ਦੇਖ ਲਓ ਗੱਲਾਂ ਦੇਖ ਲਓ ਜੀ ਆ ਰਹੇ ਮੈਂ ਕੀ ਵੇਖਣਾ ਕਿਆ ਬਣਾ ਹੈ ਅੱਜ ਅੱਜ ਬਣਾ ਮਟਰ ਪਨੀਰ ਬਸ ਬਣ ਗਿਆ ਹਾਂ ਮੈਂ ਆਟੇ ਇੱਥੇ ਦੋ ਕੱਦ ਰੱਖੇ ਨੇ ਕਹਿੰਦੇ ਆਦਿਵਾਸੀ ਤੇਲ ਬੜਾ ਗਰਮ ਹੋਣਾ ਥੋੜੇ ਜਿਹਾ ਪੱਖੇ ਥੱਲੇ ਰੱਖ ਇਹਨੂੰ ਇਸ ਤਰ੍ਹਾਂ ਹੋਊਗਾ ਏਸੀ ਚ ਗਰਮੀ ਹੋ ਜਾਣੀ ਫਿਰ ਕਮਰੇ ਚ ਚੱਲ ਵੈਸੇ ਵੀ ਕੂਲਿੰਗ ਬਹੁਤ ਜ਼ਿਆਦਾ ਬਾਹਰ ਨਾ ਆਇਓ